ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਕੀ ਹਾਲ ਹੈ ਸਾਰਿਆਂ ਦਾ? ਆਪਣੇ ਚੈਨਲ ਟਰੈਕਟਰ ਮੰਡੀ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਤਾਂ ਮੇਰਾ ਨੰਬਰ ਨੋਟ ਕਰ ਲਓ, 7793-29488। ਜੇ ਕਿਸੇ ਵੀਰ ਨੇ ਆਪਣੇ ਚੈਨਲ ਤੇ ਐਡ ਕਰਾਉਣੀ ਹੈ ਕਿਸੇ ਵੀ ਮਸ਼ੀਨਰੀ ਦੀ, ਕਿਸੇ ਵੀ ਟਰੈਕਟਰ ਦੀ ਜਾਂ ਕਿਸੇ ਵੀ ਤਰ੍ਹਾਂ ਦੀ, ਤਾਂ ਇਸ ਨੰਬਰ ਤੇ 5 ਤੋਂ 7 ਫੋਟੋਆਂ ਫੋਨ ਨੂੰ ਟੇਢਾ ਕਰਕੇ, ਬਾਕੀ ਉਹਦੀ ਸਾਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਜੀ, ਜਿਵੇਂ ਕਿ ਮਸ਼ੀਨਰੀ ਕਿਹੜੀ ਹੈ, ਮਾਡਲ ਕਿੰਨਾ ਜੀ, ਤੇ ਰੇਟ, ਏਰੀਆ, ਟਾਇਰਾਂ ਦੀ ਕੰਡੀਸ਼ਨ ਤੇ ਮੋਬਾਈਲ ਨੰਬਰ, ਆਹ 6 ਚੀਜ਼ਾਂ ਲਿਖ ਕੇ ਭੇਜ ਦਿਓ ਤੇ ਫੋਟੋਆਂ ਭੇਜ ਦਿਓ ਜੀ ਪੂਰੀਆਂ ਸਾਫ਼, ਤੇ ਐਡ ਤੁਹਾਡੀ ਬਿਲਕੁਲ ਫ੍ਰੀ ਦੇ ਵਿੱਚ ਲਗਾ ਦੇਂਗੇ ਜੀ। ਤੇ ਐਡ ਲਵਾਈ ਦਾ ਕੋਈ ਖਰਚਾ ਨਹੀਂ, ਬਿਲਕੁਲ ਫ੍ਰੀ ਦੇ ਵਿੱਚ ਐਡ ਕਰੀਦੀ ਹੈ, ਨਾ ਕੋਈ ਕਮਿਸ਼ਨ ਹੁੰਦਾ ਹੈ। ਤੇ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਜੀ, ਸਵਿਫਟ ਗੱਡੀ ਹੈ, ਕੰਪਿਊਟਰ ਕਰਾ ਹੈ ਜੀ, ਅਰਜੁਨ ਟਰੈਕਟਰ ਹੈ, ਮਹਿੰਦਰਾ ਟਰੈਕਟਰ ਹੈ, ਤੇ 2 ਕੋਠੀਆਂ ਨੇ ਪੂਰੀ ਵਧੀਆ ਟੋਪ ਦੀਆਂ, ਤੇ ਬਹੁਤ ਸਾਰੀ ਜ਼ਮੀਨ ਹੈ ਜੀ ਅਲੱਗ ਅਲੱਗ ਥਾਵਾਂ ਤੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਸਵਿਫਟ ਗੱਡੀ ਦੀ। VDI ਮਾਡਲ ਹੈ ਜੀ, ਪੈਟਰੋਲ ਤੇ ਗੱਡੀ ਹੈ, 2010 ਮਾਡਲ ਗੱਡੀ ਆ, ਤੇ ਕੰਡੀਸ਼ਨ ਹੈ ਜਿਹੜੀ ਬਿਲਕੁਲ ਸਾਫ਼ ਪਈ ਹੈ ਜੀ, ਨਾ ਕੋਈ ਰੰਗ ਹੋਇਆ ਕਿਸੇ ਪਾਸੋਂ ਤੇ ਨਾ ਰੰਗ ਲਿਆ ਹੋਇਆ ਜੀ, ਤੇ ਬਿਲਕੁਲ ਸਾਫ਼ ਗੱਡੀ ਹੈ, ਨਵੇਂ ਟਾਇਰ ਨੇ ਬਿਲਕੁਲ ਸਾਫ਼, ਤੇ ਲਾਏ ਪਾਏ ਹੋਏ ਹੈ ਜੀ। ਅੰਦਰੋਂ ਗੱਲ ਕਰੀਏ ਤਾਂ ਬਹੁਤ ਸਾਫ਼ ਪਈ ਹੈ ਗੱਡੀ, ਸੰਗਰੂਰ ਇਹਨਾਂ ਦਾ ਏਰੀਆ, 2,10,000 ਵੀਰ ਨੇ ਡਿਮਾਂਡ ਰੱਖੀ ਜੀ, ਤੇ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਨੋਟ ਕਰ ਲਓ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਲਿਖਿਆ ਆ ਰਿਹਾ ਜੀ, ਤੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ, ਤੇ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ, ਤੇ ਸੰਗਰੂਰ ਖੜੀ ਹੈ ਜੀ, ਉੱਥੇ ਜਾ ਕੇ ਚਲਾ ਕੇ ਦੇਖ ਸਕਦੇ ਹੋ, ਆਪਦੀ ਪੂਰੀ ਤਸੱਲੀ ਕਰਕੇ, ਚੈੱਕ ਕਰਕੇ ਗੱਡੀ ਨੂੰ, ਕਾਗਜ਼ ਪੱਤਰ ਚੈੱਕ ਕਰਕੇ, ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ। ਤੇ ਅੱਗੇ ਦੂਜੀ ਮਸ਼ੀਨਰੀ ਹੈ ਜੀ, ਕੰਪਿਊਟਰ ਕਰਾਹਾ, ਜਿਹਨੂੰ ਲੈਵਲ ਮਾਸਟਰ ਕਹਿ ਦਿੰਦੇ ਹਾਂ ਜੀ, ਤੇ ਬਿਕਾਊ ਹੈ ਜੀ, 2020 ਮਾਡਲ ਹੈ, ਤੇ ਬਿਲਕੁਲ ਨਵਾਂ ਜੀ, ਟਾਇਰਾਂ ਦੀ ਕੰਡੀਸ਼ਨ ਬਿਲਕੁਲ ਨਵੀਂ, ਕਿਸੇ ਵੀਰ ਨੇ ਖਰੀਦਣਾ ਹੋਵੇ ਆਹ, ਤੇ ਬਠਿੰਡਾ ਇਹਨਾਂ ਦਾ ਏਰੀਆ, ਬਠਿੰਡੇ ਖੜਾ ਹੈ, ਤੇ ਉੱਥੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ, 2020 ਮਾਡਲ ਹੈ, ਰੰਗ ਹੈ ਜਿਹੜਾ ਬਿਲਕੁਲ ਨਵਾਂ, ਤੇ ਜਿੰਨੀ ਅਸੈਸਰੀ ਹੁੰਦੀ ਹੈ ਨਾਲ, ਜਿੰਨਾ ਵੀ ਸਮਾਨ ਹੁੰਦਾ ਕੰਪਿਊਟਰ ਕਿਰਾਏ ਦਾ, ਸਮਾਨ ਨਾਲ ਹੈ ਜੀ, ਨਵਾਂ ਕੰਪਿਊਟਰ ਕਰਾਇਆ ਜੀ, ਨਵੇਂ ਟਾਇਰ ਨੇ, ਤੇ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, 7503-30429 ਮਾਲਕ ਵੀਰ ਦਾ ਨੰਬਰ ਹੈ, ਆਹੀ ਵਟਸਐਪ ਨੰਬਰ ਹੈ ਜੀ, ਤੇ ਇਸੇ ਨੰਬਰ ਤੇ ਫੋਨ ਲੱਗਦਾ ਜੀ, ਤੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾ ਸਕਦੇ ਹੋ। ਬਾਕੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਕੰਪਿਊਟਰ ਕਿਰਾਏ ਵਾਸਤੇ, ਤੇ ਇਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਤੇ ਡਿਮਾਂਡ ਰੱਖੇ ਜੀ ਵੀਰ ਨੇ 3,40,000, ਤੇ ਬਹੁਤ ਸਾਰੇ ਵੀਰਾਂ ਦੇ ਕਮੈਂਟ ਵੀ ਆਉਂਦੇ ਹੁੰਦੇ ਜੀ ਵਿੱਚ, ਤੇ ਕੰਪਲੇਂਟ ਆਉਂਦੀ ਹੈ ਕਿ ਰੇਟ ਬਹੁਤ ਜ਼ਿਆਦਾ ਹੁੰਦਾ ਚੈਨਲ ਤੇ, ਤੇ ਆ ਰੇਟ ਜਿੰਨਾ ਵੀ ਹੁੰਦਾ ਫਿਕਸ ਰੇਟ ਨਹੀਂ ਹੁੰਦਾ, ਦੱਸ ਦਿੰਦਾ ਜੀ ਸਾਰੇ ਵੀਰਾਂ ਨੂੰ, ਤੇ ਰੇਟ ਹੈ ਜਿਹੜਾ ਮੌਕੇ ਤੇ ਲੈਸ ਹੋ ਜਾਂਦਾ ਹੁੰਦਾ, ਵੀਰਾਂ ਦੀ ਇੱਕ ਡਿਮਾਂਡ ਹੁੰਦੀ ਹੈ ਜੀ ਜਿਹੜੀ ਮੌਕੇ ਤੇ ਲੈਸ ਹੋ ਜਾਂਦੇ ਹੁੰਦੇ ਆ, ਤੇ ਜਿੰਨੇ ਵੀ ਰੇਟ ਹੁੰਦੇ ਆ ਆ ਸਾਡੇ ਦੁਆਰਾ ਤੈਅ ਨਹੀਂ ਕੀਤੇ ਜਾਂਦੇ, ਜਿੰਨੇ ਵੀਰ ਐਡ ਭੇਜਦੇ ਆ, ਫੋਟੋਆਂ ਭੇਜਦੇ ਆ, ਤੇ ਉਹਨਾਂ ਦੇ ਰੇਟ ਤੈਅ ਕੀਤਾ ਹੁੰਦਾ ਜੀ ਆਪਦੀ ਮਸ਼ੀਨਰੀ ਦਾ, ਤੇ ਰੇਟ ਦੀ ਟੈਨਸ਼ਨ ਨਾ ਲਿਆ ਕਰੋ, ਵੀਰਾਂ ਨੂੰ ਇੱਕ ਵਾਰੀ ਫੋਨ ਕਰਕੇ ਜ਼ਰੂਰ ਪੁੱਛ ਲਿਆ ਕਰੋ ਜੀ, ਤੇ ਇੱਕ ਵਾਰੀ ਲਾਸਟ ਰੇਟ ਜ਼ਰੂਰ ਪੁੱਛ ਲਿਆ ਕਰੋ ਫੋਨ ਕਰਕੇ ਜੀ, ਤੇ ਰੇਟ ਹੈ ਜਿਹੜਾ ਮੌਕੇ ਤੇ ਲੈਸ ਹੋ ਜਾਂਦਾ ਹੁੰਦਾ। ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਅਰਜੁਨ ਟਰੈਕਟਰ, 555 DI ਟਰੈਕਟਰ ਹੈ ਜੀ ਮਹਿੰਦਰਾ, ਤੇ 2013 ਮਾਡਲ ਹੈ ਜੀ, ਰੇਟ ਵੀਰ ਨੇ ਦੱਸਿਆ ਨੀਗਾ ਜੀ, ਤੇ ਰੇਟ ਵੀਰ ਨੇ ਫੋਨ ਤੇ ਆਖਿਆ, ਫੋਨ ਤੇ ਤੁਸੀਂ ਇਹਨਾਂ ਨੂੰ ਰੇਟ ਪੁੱਛ ਸਕਦੇ ਹੋ, ਤੇ ਜਿੰਨੇ ਵੀ ਪਾਰਟ ਹੁੰਦੇ ਆ ਟਰੈਕਟਰ ਦੇ ਸਾਰੇ ਓਰੀਜਿਨਲ ਹੈ, ਨਾ ਕਿਸੇ ਪਾਸੋਂ ਰੰਗ ਲਿਆ ਹੋਇਆ ਜੀ, ਬਿਲਕੁਲ ਸਾਫ਼ ਰੰਗ ਹੈ, ਤੇ ਨਾ ਕੋਈ ਰੰਗ ਪੈਂਟ ਬਾਅਦ 'ਚ ਕਰਵਾਇਆ ਵੀਰ ਨੇ, ਸਾਰਾ ਟਰੈਕਟਰ ਓਰੀਜਿਨਲ ਹੈ ਜੀ, ਟਾਇਰਾਂ ਦੀ ਕੰਡੀਸ਼ਨ ਪਈ ਹੈ 60 ਪੈਸੇ,
ਟਾਇਰਾਂ ਦੀ ਕੰਡੀਸ਼ਨ ਹੈ ਜੀ 60 ਪੈਸੇ, ਅਤੇ ਬਿਲਕੁਲ ਸਾਫ਼ ਟਰੈਕਟਰ ਹੈ, ਸਾਈਡ ਗੇਅਰ ਹੈ ਅਤੇ ਪਾਵਰ ਟਰੈਕਟਰ ਹੈ ਜੀ, ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ, ਬਰਨਾਲਾ ਏਰੀਆ ਜੀ ਇਹਨਾਂ ਦਾ, ਬਰਨਾਲੇ ਖੜ੍ਹਾ ਹੈ, ਉੱਥੇ ਜਾ ਕੇ ਬਾਕੀ ਤੁਸੀਂ ਦੇਖ ਵੀ ਸਕਦੇ ਹੋ, ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਜੀ, ਨਾ ਕਿਸੇ ਪਾਸੋਂ ਲੀਕੇਜ ਹੈ, ਅਤੇ ਇੰਜਣ ਹੈ ਜਿਹੜਾ ਬਿਲਕੁਲ ਵਧੀਆ ਇੰਜਣ ਹੈ, ਪੂਰਾ ਸਾਫ਼, ਅਤੇ ਕੋਈ ਕੰਮ ਨਹੀਂ ਭਾਲਦਾ ਟਰੈਕਟਰ, ਜਿੰਨਾ ਵੀ ਕੰਮ ਹੁੰਦਾ ਸਾਰਾ ਵੀਰ ਨੇ ਟੋਟਲ ਕਰਵਾਇਆ ਹੋਇਆ ਜੀ, 60 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ, ਅਤੇ ਜਿੰਨਾ ਵੀ ਕੰਮ ਹੁੰਦਾ ਸਾਰਾ ਕਰਵਾਇਆ ਹੋਇਆ ਹੈ, ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ, 97790 80664, ਬਾਕੀ ਸਕਰੀਨ ਦੇ ਉੱਤੇ ਲਿਖਿਆ ਆ ਰਿਹਾ ਮਾਲਕ ਵੀਰ ਦਾ ਨੰਬਰ, ਅਤੇ ਆਹੀ ਨੰਬਰ ਮਿਲਦਾ ਜੀ ਇਹਨਾਂ ਦਾ, ਇਹਨਾਂ ਨੂੰ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ, ਜਾ ਕੇ ਦੇਖ ਸਕਦੇ ਹੋ, ਅਤੇ ਆਪਦੀ ਚਲਾ ਕੇ ਬਾਹ ਕੇ ਟਰੈਕਟਰ ਨਾਲ ਪੂਰੀ ਤਸੱਲੀ ਕਰਕੇ ਅਤੇ ਟਰੈਕਟਰ ਨੂੰ ਖਰੀਦ ਸਕਦੇ ਹੋ, ਅਤੇ ਆਪਦੀ ਪੂਰੀ ਚੈੱਕ ਕਰਕੇ, ਅਤੇ ਤਾਂ ਕਰਕੇ ਬਾਅਦ 'ਚ ਕੋਈ ਦਿੱਕਤ ਨਾ ਆਵੇ ਜੀ, ਪੂਰੀ ਤਸੱਲੀ ਕਰਕੇ ਅਤੇ ਦੇਖ ਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ। ਅੱਗੇ ਤੁਸੀਂ ਦੇਖ ਰਹੇ ਹੋ ਜੀ ਮਹਿੰਦਰਾ ਟਰੈਕਟਰ, 475 DI ਟਰੈਕਟਰ ਹੈ ਜੀ, ਮਿਊਜ਼ਿਕ ਸਿਸਟਮ ਲੱਗਿਆ ਹੋਇਆ ਟਰੈਕਟਰ 'ਤੇ, ਬਾਕੀ ਇਹਨਾਂ ਨੂੰ ਫੋਨ ਕਰਕੇ ਤੁਸੀਂ ਵੀਰਾਂ ਨੂੰ ਪੁੱਛ ਸਕਦੇ ਹੋ ਕਿ ਮਿਊਜ਼ਿਕ ਸਿਸਟਮ ਨਾਲ ਦੇਣਾ ਹੈ ਕਿ ਨਹੀਂ, ਅਤੇ ਬਿਲਕੁਲ ਸਾਫ਼ ਟਰੈਕਟਰ ਹੈ ਜੀ, 1998 ਮਾਡਲ ਹੈ, ਨਾਲ ਦਾ ਰੰਗ ਹੈ ਜਿਹੜਾ ਏਜੰਸੀ 'ਚੋਂ ਆਉਂਦਾ ਹੁੰਦਾ ਹੈ ਉਹੀ ਰੰਗ ਹੈ ਜੀ, ਬਾਅਦ 'ਚ ਰੰਗ ਪੇਂਟ ਨਹੀਂ ਹੋਇਆ, ਬਿਲਕੁਲ ਵਧੀਆ ਟਰੈਕਟਰ ਹੈ ਜੀ, ਕੰਡੀਸ਼ਨ ਤੁਹਾਡੇ ਸਾਹਮਣੇ ਹੈ, ਅਤੇ ਨਵੇਂ ਟਾਇਰ ਹੈ, ਬਿਲਕੁਲ ਸੰਭਾਲ ਕੇ ਰੱਖਿਆ ਵੀਰ ਨੇ, ਤਰਨ ਤਾਰਨ ਇਹਨਾਂ ਦਾ ਏਰੀਆ ਜੀ, 1,72,000 ਵੀਰ ਨੇ ਡਿਮਾਂਡ ਰੱਖੀ ਟਰੈਕਟਰ ਦੀ, ਬਾਕੀ ਮੌਕੇ 'ਤੇ ਥੋੜ੍ਹਾ ਬਹੁਤਾ ਲੈਸ ਹੋ ਜੂਗਾ, ਜਿੰਨਾ ਕੰਮ ਹੁੰਦਾ ਟਰੈਕਟਰ ਦਾ ਬਿਲਕੁਲ ਕਰਵਾਇਆ ਵੀਰ ਨੇ ਸਾਰਾ, ਇੰਜਨ ਦਾ, ਗੇਅਰ ਦਾ, ਪੰਪ ਦਾ, ਲਿਫਟ ਦਾ, ਸਾਰਾ ਕੰਮ ਕਰਵਾਇਆ ਹੋਇਆ, ਕੋਈ ਕੰਮ ਨਹੀਂ ਭਾਲਦਾ ਟਰੈਕਟਰ, ਅਤੇ ਮਾਲਕ ਵੀਰ ਦਾ ਜਿਹੜਾ ਨੰਬਰ ਹੈ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਜੀ, ਅਤੇ ਨੰਬਰ ਨੋਟ ਕਰ ਲਓ ਇਹਨਾਂ ਦਾ, ਅਤੇ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾ ਸਕਦੇ ਹੋ ਅਤੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ, ਜਾ ਕੇ ਪੂਰਾ ਚੈੱਕ ਕਰ ਸਕਦੇ ਹੋ ਟਰੈਕਟਰ ਨੂੰ, ਵਾਹ ਕੇ ਦੇਖ ਸਕਦੇ ਹੋ, ਚਲਾ ਕੇ ਟਰਾਈ ਲੈ ਕੇ ਅਤੇ ਪੂਰੀ ਤਸੱਲੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ। ਅਤੇ ਜਿੰਨੇ ਵੀਰ ਆਪਣੇ ਚੈਨਲ 'ਤੇ ਨਵੇਂ ਨੇ ਜੀ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਥੱਲੇ ਇੱਕ ਲਾਲ ਰੰਗ ਦਾ ਬਟਨ ਹੈ ਸਬਸਕ੍ਰਾਈਬ ਵਾਲਾ, ਉਹਨੂੰ ਦੱਬ ਦਿਓ, ਨਾਲ ਹੀ ਘੰਟੀ ਦਾ ਬਟਨ ਹੋਊਗਾ ਜੀ ਉਹਨੂੰ ਦਬਾ ਦਿਓ, ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਮੈਂ ਨਵੀਂ ਵੀਡੀਓ ਪਾਊਂ ਆਪਣੇ ਚੈਨਲ 'ਤੇ, ਅਤੇ ਜਿਹੜਾ ਮੈਸੇਜ ਆ ਵੀਡੀਓ ਦਾ ਉਹ ਤੁਰਤ ਫਿਰ ਤੁਹਾਡੇ ਮੋਬਾਈਲ 'ਤੇ ਚਲਾ ਜਾਊਗਾ, ਅਤੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਦੇਖ ਸਕੋਗੇ, ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ, ਬਹੁਤ ਘੱਟ ਲਾਈਕ ਕਰ ਦਿਓ, ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ, ਅਤੇ ਚੱਲਦੀ ਚੱਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ, ਇੰਨੇ ਨਾਲ ਹੋਰ ਵੀ ਕਿਸਾਨ ਵੀਰਾਂ ਦਾ, ਵੀਰਾਂ ਦਾ ਫਾਇਦਾ ਹੋ ਜਾਂਦਾ, ਤਾਂ ਕਿ ਕਈ ਵੀਰਾਂ ਨੂੰ ਨਹੀਂ ਪਤਾ ਹੁੰਦਾ ਜੀ ਚੈਨਲ ਬਾਰੇ, ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹਨਾਂ ਨੇ ਕੋਈ ਮਸ਼ੀਨਰੀ ਜਾਂ ਕੋਈ ਵੀ ਚੀਜ਼ ਸੇਲ ਕਰਨੀ ਹੁੰਦੀ ਹੈ ਕੋਈ ਵੀ ਸੰਦ, ਤਾਂ ਉਹ ਘਰ ਬੈਠੇ ਹੀ ਵੇਚ ਸਕਦੇ ਜੀ। ਅਤੇ ਹੁਣ ਗੱਲ ਕਰਦੇ ਜੀ ਜ਼ਮੀਨ ਦੀ, 9 ਕਿੱਲੇ ਜ਼ਮੀਨ ਹੈ ਜੀ ਆਹ, ਤੁਸੀਂ ਦੇਖ ਰਹੇ ਹੋ ਬਿਲਕੁਲ ਵਧੀਆ ਉਪਜਾਊ ਜ਼ਮੀਨ ਹੈ, ਅਤੇ ਵਿੱਚ ਇੱਕ ਮੋਟਰ ਲੱਗੀ ਹੋਈ ਹੈ, ਅਤੇ ਨਹਿਰੀ ਪਾਣੀ ਲੱਗਦਾ ਹੈ, ਬਿਲਕੁਲ ਵਧੀਆ ਪਾਣੀ ਹੈ ਮੋਟਰ ਦਾ, ਅਤੇ ਪੂਰਾ ਪਾਣੀ ਮਿੱਠਾ ਹੈ ਜੀ। ਵੀਰ ਦਾ ਜਿਹੜਾ ਏਰੀਆ ਹੈ ਜਲਾਲਾਬਾਦ ਇਹਨਾਂ ਦਾ ਏਰੀਆ ਜੀ, ਜਲਾਲਾਬਾਦ ਕੋਲ ਪਿੰਡ ਹੈ ਇਹਨਾਂ ਦਾ, ਅਤੇ ਬਾਕੀ ਤੁਸੀਂ ਫੋਨ 'ਤੇ ਪੁੱਛ ਸਕਦੇ ਹੋ, ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ, ਦੋ ਨੰਬਰ ਦਿੱਤੇ ਵੀਰ ਨੇ, ਅਤੇ ਦੋਵੇਂ ਚੱਲਦੇ ਆ ਜੀ, ਨੰਬਰ ਸਕਰੀਨ ਦੇ ਉੱਤੇ ਲਿਖੇ ਆ ਰਿਹਾ ਜੀ, ਵੀਰ ਦਾ ਨੰਬਰ ਹੈ 75 896 43 114, ਦੂਜਾ ਨੰਬਰ ਹੈ ਜੀ 78 141 82 477, ਵੀਰ ਨੇ ਡਿਮਾਂਡ ਰੱਖੇ ਜੀ 27 ਲੱਖ ਕਿੱਲੇ ਦਾ, 27 ਲੱਖ ਕਿੱਲੇ ਦਾ ਰੇਟ ਹੈ ਜੀ, ਬਾਕੀ ਮੌਕੇ 'ਤੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ, ਬਾਕੀ ਫੋਨ 'ਤੇ ਪੁੱਛ ਸਕਦੇ ਹੋ ਲਾਸਟ ਰੇਟ,
ਤੇ ਇੱਕ ਡਿਮਾਂਡ ਹੈ ਜੀ 27 ਲੱਖ ਕਿੱਲੇ ਦਾ, ਮੋਟਰ ਲੱਗੀ ਹੋਈ ਹੈ, ਵਧੀਆ ਪਾਣੀ ਹੈ ਤੇ ਸਾਰੀਆਂ ਫਸਲਾਂ ਲੱਗਦੀਆਂ ਜੀ, ਕੋਈ ਕਮੀ ਨਹੀਂ ਜ਼ਮੀਨ 'ਚ, ਬਿਲਕੁਲ ਵਧੀਆ ਜ਼ਮੀਨ ਹੈ, ਝੋਨੇ ਵਾਲੀ ਜ਼ਮੀਨ ਹੈ ਜੀ। ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ, ਜਲਾਲਾਬਾਦ ਕੋਲ ਇਹਨਾਂ ਦਾ ਪਿੰਡ ਹੈ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਇਹਨਾਂ ਨੂੰ ਫੋਨ ਕਰਕੇ ਬਾਕੀ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਲੈ ਸਕਦੇ ਹੋ ਜੀ। ਤੇ ਕਿਸੇ ਵੀਰ ਨੇ ਐਡ ਕਰਾਉਣੀ ਹੈ ਜੀ, ਤੇ ਦੁਬਾਰਾ ਆਪਣਾ ਨੰਬਰ ਦੱਸ ਦਿੰਦੇ, 7963-29488, ਇਸ ਨੰਬਰ ਤੇ ਫੋਟੋਆਂ ਸੈਂਡ ਕਰਕੇ ਤੇ ਤੁਸੀਂ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਵਾ ਸਕਦੇ ਹੋ। ਤੇ ਅੱਗੇ ਤੁਸੀਂ ਫਿਰ ਤੋਂ ਦੇਖ ਰਹੇ ਹੋ ਜੀ, ਜ਼ਮੀਨ 2 ਕਿੱਲੇ 5 ਕਨਾਲਾਂ ਜ਼ਮੀਨ ਹੈ ਜੀ, ਆਹ ਵਿੱਚ ਟਿਊਬਵੈੱਲ ਲੱਗਿਆ ਹੋਇਆ ਹੈ। ਤੇ 30 ਲੱਖ ਵੀਰ ਨੇ ਡਿਮਾਂਡ ਰੱਖੀ ਹੈ ਕਿੱਲੇ ਦੀ, 30 ਲੱਖ ਕਿੱਲੇ ਦੀ ਡਿਮਾਂਡ ਹੈ। ਫਰੀਦਕੋਟ ਇਹਨਾਂ ਦਾ ਏਰੀਆ ਜੀ, ਫਰੀਦਕੋਟ ਕੋਲੇ ਜ਼ਮੀਨ ਪੈ ਜਾਂਦੀ ਆ। ਤੇ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ, 9523-66134 ਮਾਲਕ ਵੀਰ ਦਾ ਨੰਬਰ ਹੈ। ਟਿਊਬਵੈੱਲ ਲੱਗਿਆ ਹੋਇਆ ਹੈ, ਫਰੀਦਕੋਟ ਇਹਨਾਂ ਦਾ ਏਰੀਆ ਹੈ। ਤੇ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਨੰਬਰ ਇਹਨਾਂ ਦਾ ਨੋਟ ਕਰ ਲਓ ਵੀਰ ਦਾ, ਤੇ ਫੋਨ ਕਰਕੇ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਇਹਨਾਂ ਨੂੰ ਤੁਸੀਂ ਜਾਣਕਾਰੀ ਲੈ ਸਕਦੇ ਹੋ। ਤੇ ਜਿਹੜੀ ਜ਼ਮੀਨ ਹੈ ਪੂਰੀ ਵਧੀਆ ਜਿਹਾ ਵੀ ਝੋਨੇ ਵਾਲੀ ਜ਼ਮੀਨ ਹੈ, ਤੇ ਬਾਕੀ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ, ਤੇ ਚੈੱਕ ਕਰਕੇ ਜ਼ਮੀਨ ਨੂੰ ਦੇਖ ਕੇ ਤੇ ਮਾਲਕ ਵੀਰਾਂ ਨਾਲ ਗੱਲ ਕਰਕੇ ਜ਼ਮੀਨ ਨੂੰ ਖਰੀਦ ਸਕਦੇ ਹੋ ਜੀ। ਬਿਲਕੁਲ ਵਧੀਆ ਜ਼ਮੀਨ ਹੈ ਤੇ ਵਧੀਆ ਪਾਣੀ ਹੈ, ਕੋਈ ਖਰਾਬੀ ਨਹੀਂ ਜ਼ਮੀਨ 'ਚ, ਪੂਰੀ ਵਧੀਆ ਜਿਹੜੀ ਜ਼ਮੀਨ ਹੈ ਉਪਜਾਊ ਜ਼ਮੀਨ ਹੈ ਜੀ। ਬਾਕੀ ਤੁਹਾਡੇ ਸਾਹਮਣੇ ਜੀ ਇਹੋ ਜਿਹੇ ਏਰੀਆ 'ਚ ਪੂਰੇ ਵਧੀਆ ਏਰੀਆ 'ਚ ਜ਼ਮੀਨ ਹੈ, ਕੋਈ ਦਿੱਕਤ ਨਹੀਂ, ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀ। ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ, 8 ਕਿੱਲੇ 5 ਕਨਾਲਾਂ ਜ਼ਮੀਨ ਹੈ ਜੀ, ਨਾਲ ਹੀ ਵਿੱਚ ਕੋਠੀ ਹੈ ਜੀ, ਤਰਨ ਤਾਰਨ ਇਹਨਾਂ ਦਾ ਏਰੀਆ ਹੈ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, 8,86,642,88,466, ਦੂਜਾ ਨੰਬਰ ਹੈ ਜੀ ਇਹਨਾਂ ਦਾ, 9,152,35,396, ਵਿੱਚ ਹੀ ਕੋਠੀ ਹੈ ਜੀ, ਵਧੀਆ ਜ਼ਮੀਨ ਹੈ ਤੇ ਵਧੀਆ ਕੋਠੀ ਹੈ ਜੀ, ਸਾਰੀ ਤਿਆਰ ਕਰਵਾਈ ਹੋਈ ਕੋਠੀ ਆ, ਕੋਈ ਕਮੀ ਨਹੀਂ ਕੋਠੀ 'ਚ, ਜਾ ਕੇ ਅੰਦਰੋਂ ਦੇਖੋ ਤਾਂ ਪੂਰੀ ਵਧੀਆ ਕੋਠੀ ਹੈ। ਤੇ ਵੀਰ ਨੇ ਕੋਠੀ ਦੀ ਡਿਮਾਂਡ ਰੱਖੀ ਜੀ 25 ਲੱਖ, ਤੇ ਜ਼ਮੀਨ ਦੀ ਡਿਮਾਂਡ ਰੱਖਿਆ ਜੀ 22 ਲੱਖ ਕਿੱਲੇ ਦਾ। ਪੂਰੀ ਵਧੀਆ ਕੋਠੀ ਹੈ ਤੇ ਵਧੀਆ ਏਰੀਆ ਇਹਨਾਂ ਦਾ, ਵਿੱਚ ਮੋਟਰ ਲੱਗੀ ਹੋਈ ਹੈ ਜ਼ਮੀਨ 'ਚ, ਤੇ ਝੋਨੇ ਵਾਲੀ ਜ਼ਮੀਨ ਹੈ ਜੀ ਆ ਵੀ ਪੂਰੀ ਵਧੀਆ। ਤੇ ਬਾਕੀ ਤੁਸੀਂ ਫੋਟੋਆਂ ਦੇਖ ਰਹੇ ਹੋ, ਬਾਕੀ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਜੀ। ਤੇ ਕੋਠੀ ਦੇਖ ਰਹੇ ਹੋ ਤੁਹਾਡੇ ਸਾਹਮਣੇ ਜੀ, ਤੇ ਬਾਕੀ ਤੁਸੀਂ ਜਾ ਕੇ ਅੰਦਰੋਂ ਦੇਖ ਸਕਦੇ ਹੋ ਕੋਠੀ ਨੂੰ, ਸਾਰੀ ਕੋਠੀ ਹੈ ਜੀ ਤਿਆਰ ਕਰਵਾਈ ਹੋਈ, ਅੰਦਰੋਂ ਪੂਰੀ ਤਿਆਰ ਕਰਵਾਈ ਹੋਈ ਹੈ ਕੋਠੀ। ਤੇ ਤਰਨ ਤਾਰਨ ਏਰੀਆ 'ਚ ਕੋਠੀ ਹੈ, ਏਰੀਆ ਜਿਹੜਾ ਬਿਲਕੁਲ ਵਧੀਆ ਹੈ, ਤੇ ਕੋਠੀ ਦੀ ਕੰਡੀਸ਼ਨ ਬਿਲਕੁਲ ਵਧੀਆ ਜੀ, ਅੰਦਰੋਂ ਸਾਰੀ ਤਿਆਰ ਕਰਵਾਈ ਹੋਈ ਹੈ, ਜਿੰਨਾ ਕੰਮ ਹੁੰਦਾ ਹੈ ਮਾਰਬਲ ਦਾ, ਜੋੜੀਆਂ ਦਾ ਤੇ ਸ਼ੀਸ਼ਿਆਂ ਦਾ ਸਾਰਾ ਕੰਮ ਹੋਇਆ ਜੀ, ਕਿਚਨ ਤਿਆਰ ਕਰਵਾਇਆ ਹੋਇਆ, ਮਾਰਬਲ ਦਾ ਕੰਮ ਹੋਇਆ, ਜੋੜੀਆਂ ਦਾ, ਸ਼ੀਸ਼ਾ, ਸਾਰਾ ਕੰਮ ਓਕੇ। ਬਾਕੀ ਅੰਦਰੋਂ ਤੁਸੀਂ ਜਾ ਕੇ ਦੇਖੋਗੇ ਕੋਠੀ ਬਹੁਤ ਸੋਹਣੀ ਹੈ ਜੀ, ਕਿਸੇ ਵੀਰ ਨੇ ਖਰੀਦਣੀ ਹੋਵੇ ਤੇ ਤਰਨ ਤਾਰਨ ਏਰੀਆ 'ਚ ਕੋਠੀ ਹੈ, ਜਾ ਕੇ ਤੁਸੀਂ ਦੇਖ ਸਕਦੇ ਹੋ। ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ, ਇਹਨਾਂ ਨੂੰ ਫੋਨ ਕਰਕੇ ਜਾ ਸਕਦੇ ਹੋ, ਕੋਠੀ ਨੂੰ ਦੇਖ ਸਕਦੇ ਹੋ, ਜ਼ਮੀਨ ਨੂੰ ਦੇਖ ਸਕਦੇ ਹੋ, ਤੇ ਪਸੰਦ ਆਵੇ ਕੋਠੀ ਤਾਂ ਖਰੀਦ ਸਕਦੇ ਹੋ ਜੀ। ਕੋਈ ਵੀਰ ਚਾਹਵਾਨ ਹੈ ਲੈਣ ਦਾ ਕੋਠੀ ਜਾਂ ਜ਼ਮੀਨ ਤਾਂ ਇਹਨਾਂ ਨੂੰ ਫੋਨ ਕਰਕੇ ਜਾ ਸਕਦੇ ਹੋ ਜੀ। ਤੇ ਅੱਗੇ ਵੀਰ ਨੇ ਇੱਕ ਕੋਠੀ ਹੋਰ ਦਿਖਾਈ ਹੈ ਤੇ ਸਾਰਾ ਕੁਝ ਦੱਸਿਆ, ਉਹ ਵੀ ਦੇਖ ਲਓ ਜੀ।
ਵੀਰੇ ਕੋਠੀ ਹੈ ਪੰਜਾਂ ਮਰਲਿਆਂ 'ਚ, ਅਤੇ ਭਾਅ ਜੀ ਆ 14 ਫੁੱਟ ਰਸਤਾ ਹੈ ਇਹਦਾ, ਅਗਲੇ ਪਾਸੇ 14 ਫੁੱਟ ਹੀ, ਮਗਰਲੇ ਪਾਸੇ 22 ਫੁੱਟ ਮੱਥਾ ਹੈ। ਵੀਰ ਜੀ ਆ ਇਹਦੇ ਗਾੜੀ ਨੂੰ ਪੋਸ਼ਣ ਆ ਜਿਹੜਾ ਤਿਆਰ ਕੀਤਾ ਗਿਆ ਹੈ, ਇੱਕ ਪਹਿਲਾਂ ਬਾਥਰੂਮ ਬਾਰ ਬਾਰ ਤਿਆਰ ਆ। ਵੀਰ ਜੀ ਇਹ 'ਚ 2 ਕਮਰੇ ਆ, ਆਹ ਰੈਸਟ ਵਿੱਚ ਸਾਰਾ ਗਲੀ ਖਾਲੀ ਹਾਲ ਹੈ। ਆਹ ਵੀਰ ਜੀ ਇਹਦਾ ਡਰਾਇੰਗ ਰੂਮ ਜੇ, ਆਹ ਲੂਬੀ ਹੈ ਸਾਰੀ ਵੀਰ ਜੀ ਇਹਦੀ, ਅਤੇ ਆਹ ਵੀਰ ਮੇਰੇ ਰਸੋਈ ਹੈ। ਆਹ ਭਾਅ ਜੀ ਉਹ ਸਟੋਰ ਹੈ, ਆਹ ਵੀਰ ਜੀ ਪੌੜੀ ਚੜਿਆ ਹੋਇਆ, ਕੋਠੀ ਦਾ ਸਾਰਾ ਕੰਮ ਹੋਇਆ ਹੈ, ਟਾਇਲ ਲੱਗੀ ਹੈ ਵੀਰ ਜੀ। ਆਹ ਇੱਕ ਬੈਡਰੂਮ ਆ, ਇੱਕ ਬੈਡਰੂਮ ਹੀ ਇਹ ਆ, ਇਹਦੇ ਨਾਲ ਬਾਥਰੂਮ ਭਾਅ ਜੀ ਅਟੈਚ ਆ ਉਹ ਅੰਦਰ ਬਾਹਰ, ਅਤੇ ਇਹਦੇ ਨਾਲ ਵੀ ਇੱਧਰ ਬਾਥਰੂਮ ਇੱਕ ਅਟੈਚ ਆ ਅੰਦਰ ਬਾਹਰ, ਟਾਈਲਸ ਲੱਗੀਆਂ ਹੋਈਆਂ ਬਾਥਰੂਮ 'ਚ ਵੀ ਸਾਰਾ ਭਾਅ ਜੀ, ਕੋਠੀ ਦਾ ਕੰਮ ਕੰਪਲੀਟ ਆ। ਅਤੇ ਵੀਰ ਜੀ ਆਹ ਇਹਦੇ ਉੱਦਾਂ ਦਿੱਤਾ ਰੋਸ਼ਨਦਾਨ ਲਈ ਅੰਦਰ ਹਾਲਤ ਭਾਅ ਜੀ, ਆਹ 14 ਫੁੱਟ ਹੀ ਰਸਤਾ ਮਗਰ ਜੀ, ਇਹ ਸਾਰੀ ਕੋਠੀ ਭਾਈ 5 ਮਰਲੇ ਦੇ ਵਿੱਚ ਜੇ। ਇਹ ਏਰੀਆ ਹੈਗਾ ਜੇ ਫਤਿਹਗੜ੍ਹ ਚੂੜੀਆਂ ਸੰਧੂ ਕਲੋਨੀ ਪਿੰਡੀ ਪਿੰਡ ਤੋਂ ਨਾਲ ਹੀ ਭਾਅ ਜੀ, ਕਲੋਨੀ ਕੱਟੀ ਜੇ ਨਵੀਂ, ਉਹ 'ਚ ਕੋਠੀ ਤਿਆਰ ਕੀਤੀ ਗਈ ਜੇ ਭਾਅ ਜੀ। ਇਹਦਾ ਭਾਅ ਜੀ ਰੇਟ ਰੱਖਿਆ ਗਿਆ ਜੇ, ਅਸੀਂ ਮੰਗਿਆ ਜੇ 16 ਲੱਖ ਰੁਪਇਆ ਰੇਟ ਮੰਗਿਆ ਜੇ ਕੋਠੀ ਦਾ। ਇਹਦਾ ਭਾਅ ਜੀ ਮੱਥਾ ਹੀ ਗਾੜੀਓ। ਤੇ ਅੱਜ ਦੀ ਮਸ਼ੀਨਰੀਆਂ, ਵੀਡੀਓ ਤੇ ਜ਼ਮੀਨ ਕੋਠੀ ਕਿਵੇਂ ਲੱਗੀਆਂ ਜੀ, ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਚੈਨਲ ਨੂੰ, ਤੇ ਜੁੜੇ ਰਹੋ ਜੀ ਆਪਣੇ ਚੈਨਲ ਨਾਲ ਹੋਰ ਜ਼ਮੀਨ ਤੇ ਵਧੀਆ ਕੋਠੀਆਂ ਮਸ਼ੀਨਰੀਆਂ ਲੈ ਕੇ ਫਿਰ ਤੋਂ ਹਾਜ਼ਰ ਹੁੰਦਾ। ਤੇ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ।